खंड तो थोड़ी है। चल बिच भोरा नून का पा लगे। हाँ पुत बन गई चाह। तू मुंह तो आया, मैं चाह पानी तेन। अरमान आ जा वीरे, चाह पी ला। मां अज तू भी पैसे फड़ ले काम वालों के, कल दिवाली आ। हाँ पुत, अज मैं कहूँगी सरदारा भी सबका पुता मुक्या पाया, लियाँगी पैसे फड़ के मैं हथ ने। ठीक है, और ना आप समान लियावे कल फिर। बीबी आप मिठाई भी लियावे? हाँ पुत लियावे, मिठाई भी लियावे। कोई ना भीरे, खंड वाली तो आप रोज पीने, अज मैं कह के नून वाली बनवाई है बीबी तो। फिर बीबी ना आ गए, मैंने 10 रुपये दे दे। ना तू की करने 10 रुपये? मैं तो पटाके लेऊंगा, दिवाली तो कर लूंगी। मेरे दोस्त सारे अज ही आ गए स्कूल, पटाके चलाने, मैं भी चलाऊ। कोई ना पुत, तू आज स्कूल वाग जा के ले ली 10 रुपये। हो ठीक हो? सत्श्रीकाल। हो ठीक हो वीरे? ठीक हो जी। हां ठीक है जी, ठीक ठाक। मिठाई दा डब्बा जी। अच्छा दिवाली दा है, चलो ठीक है। ठीक है जी, चंगा जी। ठीक है जी, जेड़ा आंदा है मिठाई दा डब्बा चक लेंदा है। ऐ नहीं कोई कम दी चीज ले आईए। और भाई की हाल है भाई? पटवारी साहब करी ने जी, मैं डब्बा दे के आया हूं। ओ भाई, इन्ना रज्जा नु की रजाना,
किसी गरीब नूं दे दिंदे डब्बा उहदी दिवाली बन जांदी। ਕੱਲ ਤਾਂ ਇਹ ਵੀ ਠੀਕ ਹੈ ਯਾਰ, ਆਪਾਂ ਕਿਸੇ ਗਰੀਬ ਨੂੰ ਦੇਣਾ। ਚਲੋ ਸਰਦਾਰ ਜੀ ਸਤਿ ਸ਼੍ਰੀ ਅਕਾਲ। ਸਰਦਾਰ ਜੀ ਸਤਿ ਸ਼੍ਰੀ ਅਕਾਲ। ਹਾਂ ਕਿਵੇਂ ਆਉਣੇ ਹੋਏ? ਸਰਦਾਰ ਜੀ 2,000 ਰੁਪਇਆ ਚਾਹੀਦਾ ਸੀ। 2,000 ਰੁਪਇਆ ਚਾਹੀਦਾ ਸੀ? ਪਹਿਲਾਂ ਤੇਰੇ ਕਹਿੰਦੀ ਇੰਨਾ ਬਕਾਇਆ ਖੜਾ ਗਾ 60-70 ਹਜ਼ਾਰ ਰੁਪਇਆ, ਪਹਿਲਾਂ ਨੇ ਤਾਂ ਤੂੰ ਮੋੜ ਦੇ। ਸਰਦਾਰ ਜੀ ਮੈਂ ਤਾਂ ਆਸ ਜੀ ਲਾ ਕੇ ਆਇਆ ਸੀ ਤਿਉਹਾਰ ਦਾ ਦੇਣਾ। ਓਏ ਆਸ ਤਾਂ ਲਾ ਕੇ ਆਇਆ ਸੀ, ਉਰੇ ਕਿਹੜਾ ਪੈਸੇ ਅੱਕਾਂ ਨੂੰ ਲੱਗਦੇ ਨੇਗੇ, ਨਾਲੇ ਪਹਿਲਾਂ ਤੇਰੇ ਕਹਿੰਦੀ ਇੰਨਾ ਪੈਸਾ ਹੋਇਆ ਪਿਆ ਹੈਗਾ। ਸਾਰੇ ਮੋੜ ਦੂੰ ਜੀ, ਜੀਰੀ ਵੱਢ ਕੇ ਮੋੜ ਦੂੰ। ਹੁਣ ਜੀਰੀ ਵੱਢਣ ਵਾਲੀ ਪਈ ਨਾ, ਜੀਰੀ ਵੇਲੇ ਤੂੰ ਕਿਹਦੇ ਕਿਹਦੇ ਮੋੜ ਦੇਗਾ? ਅੱਧਾ ਕਿੱਲਾ ਤਾਂ ਤੇਰੇ ਕੋਲੇ ਵਾਹਣ ਦਾ ਸਰਦਾਰ ਜੀ, ਤਾਂ ਚੜ੍ਹਾ ਰੱਖਿਆ ਗਾ ਇੰਨਾ। ਸਰਦਾਰ ਜੀ ਜਵਾਕ ਕਰੇ ਜੇ ਦੇ ਦਿੰਦੇ 2,000 ਰੁਪਇਆ, ਮਿਠਾਈ ਮਠੂਈ ਲਿਆਉਂਦੇ। ਨਹੀਂ ਜੇ ਨਹੀਂ ਦਿਵਾਲੀ ਬਣਾਓਗੇ ਫਿਰ ਕੀ ਫਾਹਾ ਹੁੰਦਾ ਤੁਹਾਨੂੰ? 2,000 ਰੁਪਇਆ ਦੇ ਦੇ। ਮੈਂ ਤੈਨੂੰ ਇੱਕ ਸਲਾਹ ਦੇਵਾਂ, ਜਿਹੜੀ ਤੇਰੀ ਜ਼ਮੀਨ ਹੈ ਉਹ ਮੇਰੇ ਵਾਹਣ ਦੇ ਨਾਲ ਲੱਗਦੀ ਹੈ। ਮੈਨੂੰ ਤਾਂ ਤੇਰੀ ਜ਼ਮੀਨ ਦੀ ਲੋੜ ਨਹੀਂ, ਮੇਰੇ ਕੋਲ ਤਾਂ 35-40 ਕਿੱਲੇ ਆਪਦੇ ਹੈਗੇ ਨੇਗੇ। ਮੈਨੂੰ ਤਾਂ ਐਂ ਆ ਵੀ ਤੂੰ ਕਰਜ਼ੇ 'ਚ ਡੁੱਬਿਆ ਪਿਆ, ਵਿਆਜ ਹੀ ਖਾਈ ਜਾਂਦਾ ਤੈਨੂੰ। ਚਲੋ ਸਰਦਾਰ ਜੀ ਪੈਸੇ ਤਾਂ ਦਿਓ, ਘਰ ਰਹਿ ਕਰ ਲਾਂਗੇ। ਉਹ ਰਹਿ ਕੀ ਕਰਨੀ ਹੈ, ਤੂੰ ਤਿਉਹਾਰ ਮਨਾ ਲੈ। ਪੈਸੇ ਤਾਂ ਮੈਂ ਤੈਨੂੰ ਦਿੰਦਾ, ਤਿਉਹਾਰ ਮਨਾ ਲੈ। ਪਰਸੋਂ ਨੂੰ ਤੂੰ ਸਾਰੇ ਕਾਗਜ਼ ਪੱਤਰ ਚੱਕ ਲਈ, ਜਿਹੜੇ ਬਣਦੇ ਪੈਸੇ ਉਹ ਆਪਦੇ ਲੈ ਜੀ। ਆ ਚੱਕ 5,000 ਰੁਪਇਆ। ਚਲੋ ਸਰਦਾਰ ਜੀ ਧੰਨਵਾਦ ਤੁਹਾਡਾ, ਰਾਏ ਕਰਕੇ ਦੱਸ ਦਾਂਗੇ। ਉਹ ਰਾਏ ਕੀ ਕਰਨੀ ਹੈ, ਮੈਂ ਤੈਨੂੰ ਸਾਈ ਵੀ ਦੇਤੀ, ਰਾਏ ਕਰਨੀ ਹੈ ਨੇ। ਸਰਦਾਰ ਜੀ ਗੱਲ ਸੁਣੋ। ਹਾਂ ਭਾਈ। ਮੈਨੂੰ ਵੀ ਪੈਸੇ ਦੇ ਦੇਣਾ ਥੋੜੇ। ਤੈਨੂੰ ਪੈਸੇ ਕੀ ਕਰਨੇ ਨੇ ਭਾਈ? ਅਸੀਂ ਵੀ ਦਿਵਾਲੀ ਮਨਾ ਲਾਂਗੇ। ਦਿਵਾਲੀ ਮਨਾ ਲਾਂਗੇ? 2 ਮਹੀਨੇ ਤਾਂ ਹੋਏ ਨੇ ਤੇਰੇ ਘਰ ਵਾਲੇ ਮੁੱਕੇ ਨੂੰ, ਮੁੰਡਾ ਤੇਰਾ ਭਰੀ ਜਵਾਨੀ ਦੇ ਵਿੱਚ ਮਰ ਗਿਆ ਹੈ, ਨੂੰਹ ਤੇਰੀ ਛੱਡ ਕੇ ਚਲੀ ਗਈ, ਦਿਵਾਲੀ ਮਨਾ ਲਾਂਗੇ। ਹੁਣ ਤੈਨੂੰ ਸੌਦਾ ਜ਼ਿਆਦਾ ਆ ਗਿਆ, 5,000 ਰੁਪਇਆ ਮੈਂ ਉਹਨੂੰ ਦੇ ਕੇ ਹਟਿਆ ਪਹਿਲਾਂ, ਜਿਹੜਾ ਆਉਂਦਾ ਪੈਸੇ ਦੇ ਦਿਓ। ਸਰਦਾਰ ਜੀ ਪੈਸੇ ਦੇ ਦਿਓ, ਮੈਂ ਕਮਾਇਆ ਸਵੇਰ ਦਾ ਇੱਕ ਢੇਲਾ ਨਹੀਂ, ਇੱਥੇ ਬੈਂਕ ਲੱਗਿਆ ਪੈਸਿਆਂ ਨੂੰ। ਡੈਡੀ ਯਾਰ ਨਹੀਂ ਪੈਸੇ ਦੇਣੇ ਨਾ ਦੇ, ਕਿਉਂ ਵਿਚਾਰੀ ਦੇ ਜ਼ਖਮ ਅਤੇ ਲੂਣ ਛਿੜਕਦਾ। ਓਏ ਤੂੰ ਟਿਕ ਜਾ, ਮੈਨੂੰ ਸਭ ਪਤਾ, ਤੂੰ ਆਪਣਾ ਕੰਮ ਕਰ, ਜਾ ਪੜ੍ਹਨ ਜਾ। ਉਹ ਜਦੋਂ ਕੰਮ ਆਪਣੇ ਕਰਦੀ ਆ ਫਿਰ ਪੈਸੇ ਤਾਂ ਆਪਣੇ ਦਊਂਗੀ ਯਾਰ। ਚੱਲ ਕੋਈ ਨਾ, ਮੈਂ ਦੇ ਦੂੰ ਪੁੱਤ ਪੈਸੇ, ਤੂੰ ਜਾ ਪੜ੍ਹਨ ਜਾ। ਕੋਈ ਨਾ ਭਾਈ, ਕੱਲ੍ਹ ਨੂੰ ਹੈ ਦਿਵਾਲੀ, ਕੱਲ੍ਹ ਨੂੰ ਪੈਸੇ ਮਿਲ ਜਾਣਗੇ। ਹੈਗਾ ਭਾਈ ਕੋਈ ਘਰੇ? ਸਤਿ ਸ਼੍ਰੀ ਅਕਾਲ। ਤਾਂ ਠੀਕ ਹੈ ਭਾਈ, ਤੁਸੀਂ ਪੈਸੇ ਨਹੀਂ ਪਹੁੰਚਦੇ ਘਰੇ, ਬਹੁਤ ਟਾਈਮ ਹੋ ਗਿਆ ਹੁਣ ਤਾਂ। ਕੋਈ ਨਾ ਵੀਰੇ, ਪਹੁੰਚਾਵਾਂਗੇ, ਸਾਡਾ ਮੁੰਡਾ ਢਿੱਲਾ ਹੋਇਆ ਸੀ। ਨਹੀਂ ਮੁੰਡਾ ਤਾਂ ਢਿੱਲਾ ਸੀ ਪਹਿਲਾਂ, ਤੁਸੀਂ 6 ਮਹੀਨੇ ਕਹਿ ਕੇ, 1.5 ਸਾਲ ਹੋ ਗਿਆ ਪੈਸਿਆਂ ਨੂੰ। ਕੋਈ ਨਾ ਵੀਰੇ, ਪਹੁੰਚਾਵਾਂਗੇ ਯਾਰ, ਦਿਵਾਲੀ ਤਾਂ ਪਹਿਲਾਂ। ਪੈਸੇ ਤਾਂ ਵੀਰੇ ਸਾਨੂੰ ਅੱਜ ਹੀ ਚਾਹੀਦੇ ਨੇ, ਜਿਵੇਂ ਮਰਜ਼ੀ ਕਰਕੇ ਦਿਓ ਆਪਦਾ ਇੰਤਜ਼ਾਮ, ਨਹੀਂ ਮੈਂ ਕਰਦਾ ਥਾਣੇ 'ਚ ਫੋਨ। ਜੇ ਥਾਣੇ 'ਚ ਦੇਣੇ ਹੋਣਗੇ ਥਾਣੇ 'ਚ ਦੇ ਆਇਓ ਫਿਰ। ਹੁਣ ਭਾਈ ਤੁਸੀਂ ਆਪਦੀ ਸਲਾਹ ਕਰ ਲਓ ਵੀ ਪੈਸੇ ਦੇਣੇ ਆ ਕਿ ਥਾਣੇ ਜਾਣਾ ਤੁਸੀਂ ਨੇ। ਚੱਲ ਕੋਈ ਨਾ ਜੀ, ਮੈਂ ਦੇਖ ਦਿਓ, ਅੱਧੇ ਵਿੱਚ ਅੱਧੇ 'ਚ ਹੋਵੇ ਮੈਂ ਦੇ ਦਿੰਦਾ। ਭਾਈ 1,500 ਮੈਂ ਮੱਥੇ ਮਾਰੂੰਗਾ, ਰੁਪਈਆ ਤਾਂ ਤੁਹਾਡੇ ਕਹਿੰਦੀ 9,000 ਸੀ। 4,000 ਤਾਂ ਤੁਸੀਂ ਫੜਿਆ ਸੀ, ਉਹਦਾ ਵਿਆਜ ਵੀ ਬਣ ਗਿਆ ਨਾ, ਵਿਆਜ ਨੂੰ ਵਿਆਜ ਖਾਂਦਾ ਹੈਗਾ। ਤੁਸੀਂ ਤਿਉਹਾਰ ਦੇਖ ਲਓ, ਮੈਂ ਦਿਵਾਲੀ ਤੋਂ ਬਾਅਦ ਆਊਂਗਾ, ਤੁਸੀਂ ਮੇਰੇ ਪੈਸੇ ਤਿਆਰ ਰੱਖਿਓ, ਠੀਕ ਹੈ ਭਾਈ? ਹੋਰ ਸਤਿ ਸ਼੍ਰੀ ਅਕਾਲ ਤਾਇਆ ਜੀ। ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੈ? ਵਧੀਆ ਜੀ। ਕਿਵੇਂ ਚੱਲਦੀ ਫਿਰ ਤੁਹਾਡੀ ਪੜ੍ਹਾਈ ਪੜ੍ਹੂਈ? ਪੜ੍ਹਾਈ ਵਧੀਆ ਜੀ। ਕੀ ਕਹਿੰਦੇ ਫਿਰ ਦਿਵਾਲੀ? ਦਿਵਾਲੀ ਤੁਹਾਨੂੰ ਪਤਾ ਹੀ ਆਉਂਦੀ ਆ, ਛਾਲਾਂ ਮਾਰਦੀ। ਅੱਛਾ, ਕਿੱਥੇ ਮਨਾ ਰਹੇ ਹੋ? ਮੈਂ ਖੇਤ ਮੋਟਰ 'ਤੇ ਜੀ। ਓਏ ਮੋਟਰਾਂ 'ਤੇ ਚੱਲ, ਤੁਸੀਂ ਰੋਜ਼ ਹੀ ਦਿਵਾਲੀ ਰਹਿੰਦੇ, ਤੁਹਾਡੀ ਸ਼ਹਿਰ ਸੂਰ ਮਨਾ ਕੇ ਹੋ ਦਿਵਾਲੀ ਐਤਕੀ? ਫਿਰ ਹੱਥ ਖੁੱਲ੍ਹਾ ਕਰੋ ਜੀ, ਸ਼ਹਿਰ 'ਚ ਤਾਂ 30-35 ਹਜ਼ਾਰ ਲੱਗਦਾ। ਉਹ ਕੋਈ ਗੱਲ ਨਹੀਂ ਪੁੱਤਰਾ, ਪੈਸਿਆਂ ਦੀ ਕੀ ਕਮੀ ਹੈ? ਆ ਜਾ ਪੁੱਤ, ਬਹਿ ਜਾ ਕਰ। ਮੈਂ ਕਰਮੇ ਤਾਇਆ ਦਿਵਾਲੀ ਕਹਿੰਦਾ ਮਨਾਉਣ ਨੂੰ ਸ਼ਹਿਰ 'ਚ।
और कर मैं ठीक चलती तेरी पढ़ाई। हाँ मैं तो अपने मुंडे नूं ही कहा महां तुसीं बाहर मना के दिवाली इसकी किसी शहर तां ताई दी सही है शहर शहर च मना के आई है। हाँ लै पुत कर मैं। कोई ना कल नूं दे दिओ। कोई ना कल नूं होर ले ली। हले पढ़ लो नजारे कल नूं दे देंगे। कोई ना पुत कल नूं मैं कई बार किसी काम धंधे बाहर चलिया जावां फिर औखा हो जाऊगा। चल ठीक है फिर मैं चाह लेके तुसीं पी ली। हाँ मैं पी ली। होर लै लो एक कप हुण ना बस नाल खाडे। ना लिखने नहीं गए मत पहले ही बहुत पैसे खड़े ने थोड़े कनी। ਕੋਈ ਨਾ ਪੁੱਤ ਮੈਂ ਕੱਲ੍ਹ ਨੂੰ ਦੇ ਦੇਣੀ ਸਰਦਾਰ ਕੱਲ੍ਹ ਨੂੰ ਦੇਣਗੇ ਪੈਸੇ। ਕੱਲ੍ਹ ਨੂੰ ਆਇਆ ਫਿਰ ਪੈਸੇ ਤਾਂ ਹੁਣ 6 ਮਹੀਨਾ ਬਾਅਦ ਤਾਂ ਮੋੜਨੇ ਚਾਹੀਦੇ ਨੇ। ਕੋਈ ਨਾ ਪੁੱਤ ਮੈਂ ਕੱਲ੍ਹ ਨੂੰ ਦੇ ਦੇਣੀ ਪੈਸੇ ਫਿਰ। ਨਾ ਮਾਤਾ ਆਧਾਰ ਤਾਂ 1 ਮਿੰਟ ਦਾ ਨਹੀਂਗਾ। ਉੱਥੇ ਘਰੇ ਜਵਾਕ ਚਾਹ ਨੂੰ ਉਡੀਕਦੇ ਹੋਣਗੇ। ਮਾਤਾ ਜੇ ਪੈਸੇ ਹੈਗੇ ਨੇ ਤਾਂ ਲੈ ਜਾ ਆਧਾਰ 1 ਮਿੰਟ ਦਾ ਨਹੀਂਗਾ। ਬੇਬੇ ਕਿੱਧਰ ਵੱਗ ਗਈ? ਚਾਹ ਵੀ ਨਹੀਂ ਬਣਾਈ। ਪੁੱਤ ਮੈਂ ਖੰਡ ਲੈਣ ਗਈ ਤੇਰੇ ਚਾਚੇ ਕਿਹਾ ਉਹਨਾਂ ਨੇ ਬਾਰ ਵੀ ਨਹੀਂ ਖੋਲਿਆ। ਕੱਲ ਤੂੰ ਸਰਦਾਰਾਂ ਦੇ ਪੈਸੇ ਲੈ ਕੇ ਨਹੀਂ ਆਈ ਮਾਂ? ਪੁੱਤ ਉਹਨਾਂ ਨੇ ਕੱਲ ਦਿੱਤੇ ਨਹੀਂ। ਫਿਰ ਅੱਜ ਲਿਆ? ਨਾ ਪੁੱਤ ਅੱਜ ਨਹੀਂ ਮੈਂ ਜਾਂਦੀ। ਸਰਦਾਰ ਨੂੰ ਬੋਲਣ ਦਾ ਨਹੀਂ ਪਤਾ ਝਿੜਕਾ ਦਿੰਦਾ ਉਹ ਮੈਨੂੰ ਸ਼ਰਮ ਆਉਂਦੀ ਆ ਪੁੱਤ। ਅਰਮਾਨ ਉੱਠ ਕੇ ਚਾਹ ਮੰਗੂਗਾ। ਪੁੱਤ ਕੀ ਕਰਾਂ ਮੇਰਾ ਤਾਂ ਨਾ ਇਹੋ ਜਿਹੀ ਕਰਦਾ ਤੁਹਾਨੂੰ ਦੋਨਾਂ ਨੂੰ ਲੈ ਕੇ ਨਹਿਰ 'ਚ ਛਾਲ ਮਾਰਾਂ। ਨਾ ਬੇਬੇ ਕਦੇ ਤਾਂ ਆਪਣੀ ਰੱਬ ਸੁਣੂਗਾ ਹੀ। ਪੁੱਤ ਨਾ ਗਰੀਬਾਂ ਦਾ ਰੱਬ ਹੈ ਨਾ ਕੋਈ ਰਿਸ਼ਤੇਦਾਰ ਹੈ। ਪੁੱਤ ਜੇ ਰੱਬ ਗਰੀਬਾਂ ਦਾ ਹੁੰਦਾ ਕਿਉਂ ਤੇਰਾ ਪਿਓ ਮੁੱਕਦਾ? ਕਿਉਂ ਤੇਰੀ ਮਾਂ ਛੱਡ ਕੇ ਜਾਂਦੀ ਤੈਨੂੰ? ਪੁੱਤ ਕਿਉਂ ਤੇਰਾ ਬਾਪੂ ਆਪਾਂ ਨੂੰ ਛੱਡ ਕੇ ਜਾਂਦਾ ਇਸ ਹਾਲ 'ਚ? ਕੋਈ ਨਾ ਬੱਬੇ ਕਦੇ ਤਾਂ ਆਪਣੀ ਰੱਬ ਸੁਣੂਗਾ ਹੀ ਕਦੇ ਤਾਂ ਚੰਗੇ ਦਿਨ ਆਉਣਗੀ। ਪੁੱਤ ਚਾਹ ਤਾਂ ਹੈ ਨਹੀਂ ਪਾਣੀ ਦਾ ਗਲਾਸ ਪੀ ਲਾ। ਪੁੱਤ ਮੈਂ ਕਿੱਥੋਂ ਦੇਵਾਂ ਤੈਨੂੰ 50 ਰੁਪਏ? ਮੇਰੇ ਕੋਲ ਹੈ ਨਹੀਂ ਪੁੱਤ। ਪੁੱਤ ਮੈਂ ਕਣਕ ਵੇਚ ਕੇ ਲਿਆ ਦੂੰ ਤੈਨੂੰ 50 ਰੁਪਏ। ਪੁੱਤ ਇੰਨੀ ਜਿੱਦ ਨਹੀਂ ਕਦੀ ਨਹੀਂ ਹੁੰਦੀ। ਤੂੰ ਖੇਡਿਆ 10 ਮਿੰਟ ਮੈਂ ਲਿਆ ਕੇ ਦੇ ਦਿੰਦੀ ਹਾਂ ਤੈਨੂੰ। ਹਾਂਜੀ ਸੈਕਟਰੀ ਸਾਹਿਬ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਮੁਬਾਰਕਾਂ ਜੀ ਦੀਵਾਲੀ ਦੀਆਂ। ਹੋਰ ਠੀਕ ਠਾਕ ਹੋ? ਬਸ ਵਧੀਆ ਜੀ, ਵਧੀਆ। ਹੋਰ ਆਪਣਾ ਪਰਿਵਾਰ? ਸਤਿ ਸ਼੍ਰੀ ਅਕਾਲ ਪੁੱਤ, ਹੋਰ ਠੀਕ? ਕਰਮ ਆਂਦਰਾ ਪੁੱਤ ਜਾਇਆ? ਹੋਰ ਠੀਕ ਹੈ ਜੀ। ਹਾਂਜੀ ਹਾਂਜੀ ਹਾਂਜੀ, ਵਧੀਆ। ਇਹ ਪੱਟੂ ਉੱਠੇ ਨਹੀਂ, 10 ਵੱਜ ਗਏ, ਲੇਟ ਕਰੋ। ਕਰਮੇ ਕਰਮੇ, ਗੇਟ ਵੀ ਖੁੱਲ੍ਹਾ ਤੇ ਉੱਠ। ਉੱਠ ਯਾਰ। ਉਹ ਕਰਮੇ, 10 ਵੱਜ ਗਏ, ਜਾਣਾ ਨਹੀਂ? 10 ਵੱਜ ਗਏ ਯਾਰ, ਤਿਆਰ ਹੋ ਚੇ ਤੀ। ਕਿਵੇਂ ਆ? ਠੀਕ ਹੈ, ਜਾਣਾ ਨਹੀਂ, 10 ਵੱਜ ਗਏ। ਕਿੱਥੇ ਜਾਣਾ? ਸੰਗਰੂਰ ਜਾਣਾ ਪੱਬ 'ਚ ਅੱਜ ਆਪਾਂ। ਕੀ ਕਰਾਂਗੇ? ਕੀ ਕਰਦੇ ਹੁੰਦੇ ਨੇ ਪੱਬ 'ਚ? ਫੰਕਸ਼ਨ ਕਰਾਂਗੇ, ਪੈਗ ਸ਼ੈਗ ਲਾਵਾਂਗੇ, ਨੱਚਾਂਗੇ, ਦੀਵਾਲੀ ਮਨਾਵਾਂਗੇ। ਕੀ ਕਰੀ ਜਾਂਦਾ? ਛੇਤੀ ਘਰ ਤਿਆਰ ਹੋ। ਮੈਨੂੰ ਇੱਕ ਗੱਲ ਦੱਸ, ਇੱਕ ਬੋਤਲ ਦਾਰੂ ਦਾ ਨਸ਼ਾ ਕਹਿੰਦੇ ਇੱਕ ਸਾਲ ਕੱਟ ਜਾਂਦਾ। ਤੂੰ ਮੂੰਹ ਧੋ ਯਾਰ, ਚੱਲੀਏ ਛੇਤੀ, ਲੇਟ ਕਰਾਈ ਨਾ, ਹੋਰ ਗੱਲਾਂ ਕਰੀ ਜਾਂਦਾ। ਫਿਰ ਵੀ ਦੱਸਤਾ ਸੀ, ਇੱਕ ਬੋਤਲ ਦਾਰੂ ਦਾ ਨਸ਼ਾ ਕਹਿੰਦੇ ਇੱਕ ਸਾਲ ਕੱਟ ਜਾਂਦਾ। ਉਹ ਕਿਹੜੇ ਸਾਲ? ਘੰਟੇ 'ਚ ਲੈ ਜਾਂਦਾ ਨਸ਼ਾ। ਚੱਲ ਚੱਲੀਏ। ਫਿਰ ਯਾਰ ਇਹੋ ਜਿਹੇ ਨਸ਼ੇ ਨੂੰ ਕੀ ਕਰਨਾ, ਜਿਹੜਾ ਸ਼ਾਮ ਨੂੰ ਪੀਤਾ ਸਵੇਰ ਨੂੰ ਉੱਤਰ ਜੀ। ਮੈਂ ਤੇਰੀ ਗੱਲ ਨਹੀਂ ਸਮਝਿਆ। ਮੈਂ ਤਾਂ ਕੋਈ ਇਹੋ ਜਿਹਾ ਨਸ਼ਾ ਕਰਨਾ ਜਿਹਦੀ ਖੁਮਾਰੀ ਮੈਨੂੰ ਜ਼ਿੰਦਗੀ ਭਰ ਨਾ ਉੱਤਰੇ। ਕੀ ਕਹੀ ਜਾਂਦਾ ਤੂੰ? ਜਾਣਾ ਨਹੀਂ, ਚੱਲ ਚੱਲੀਏ ਯਾਰ, ਲੇਟ ਹੋ ਜਾਵਾਂਗੇ। ਕਿੰਨੇ ਕੁ ਵਜੇ ਆਵਾਂਗੇ ਆਪਾਂ? 11-12 ਤਾਂ ਵੱਜ ਹੀ ਜਾਣਗੇ। ਦੇਖ ਰਮਣ, 12 ਵਜੇ ਆਪਾਂ ਆਵਾਂਗੇ ਰਾਤ ਨੂੰ। ਰੱਬ ਨਾ ਕਰੇ ਇੰਨੀ ਰਾਤ ਨੂੰ ਆਪਣੇ ਨਾਲ ਹਾਦਸਾ ਵਾਪਰ ਜੇ ਯਾਰ, ਫਿਰ ਕੀ ਹੋਊਗਾ? ਵੀ ਕੀ ਮਤਲਬ ਕਰਮੇ, ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ ਤੂੰ? ਮਤਲਬ ਇਹ ਯਾਰ, ਵੀ ਆਪਾਂ ਦਾਰੂ ਨਾ ਪੀਵਾਂਗੇ ਚੱਲ ਜੂ, ਆਪਾਂ ਮਿਠਾਈ ਨਾ ਖਾਵਾਂਗੇ ਚੱਲ ਜੂ। ਪਰ ਕਈ ਘਰ ਆਪਣੇ ਪਿੰਡ 'ਚ ਇਹੋ ਜਿਹੀ ਵੀ ਨਹੀਂ ਯਾਰ, ਜਿਹਨਾਂ ਦੇ ਘਰ ਅੱਜ ਦਾ ਦਿਨ ਰੋਟੀ ਵੀ ਨਹੀਂ ਪੱਕਣੀ। ਕਿਉਂ ਨਾ ਆਪਾਂ ਇੰਨਾ ਪੈਸਾ ਦਾ ਉਹਨਾਂ ਦੇ ਘਰ ਰਾਸ਼ਨ ਪਹੁੰਚਦਾ ਕਰੀਏ। ਗੱਲ ਤਾਂ ਤੇਰੀ ਸਹੀ ਹੈ। ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣਨੀਆਂ ਕਰਮੇ। ਪੁੱਤ ਮੈਨੂੰ ਤੇਰੇ 'ਤੇ ਮਾਣ ਹੈ, ਤੈਂ ਤਾਂ ਮੇਰੀਆਂ ਵੀ ਅੱਖਾਂ ਖੋਲ੍ਹਤੀਆਂ। ਆ ਜਿਹੜੇ ਪੈਸੇ ਸੁੱਟ ਲਵੇ ਹੈਗੇ ਨੇ ਨਾ, ਇਹ ਤਾਂ ਗਰੀਬਾਂ ਦੇ ਘਰ ਰਾਸ਼ਨ ਦੇ ਕੇ, ਨਾਲੇ ਆਪਣੇ ਕੰਮ ਵਾਲੀ ਦੇ। ਜੇ ਘੱਟ ਵੱਧ ਗਏ ਤਾਂ ਮੇਰੇ ਤੋਂ ਹੋਰ ਲੈ ਲਿਓ। ਅਰਮਾਨ ਬੋਲਾ ਹੈ ਜਾਂ ਮੰਜੇ ਤੇ ਬਹਿ ਜਾ ਉੱਠ ਕੇ? ਬੀਬੀ ਪੇਟੀ 'ਚ ਲੱਭੀ ਜਾਂਦੀ ਹੈਗੀ, ਫਿਰ ਦੇ ਦਿੰਦੀ ਹੈ ਤੈਨੂੰ। ਜਾ ਤੂੰ ਉੱਠ ਕੇ ਮੰਜੇ ਤੇ ਬਹਿ ਜਾ। ਇੱਥੇ ਬੈਠਾ ਹੋਵੇ ਮੰਮੀ? ਹਾਂ, ਸਰਦਾਰਾਂ ਦਾ ਮੁੰਡਾ ਆਇਆ ਬਾਹਰੇ, ਆਈ ਕੜਾਕੇ ਲਿਆਉਣੇ ਨੇ। ਆ ਲਓ ਜੀ, ਡੈਡੀ ਨੇ ਪੈਸੇ ਭੇਜੇ। ਬਾਇਆ ਪੁੱਤ, ਫਿਰ ਚਾਹ ਬਣਾਉਣੇ? ਨਾ ਬਸ ਜੀ, ਧੰਨਵਾਦ, ਲਿਆਇਓ ਸੌਦਾ ਪਤਾ ਹੈ। ਸਤਿ ਸ਼੍ਰੀ ਅਕਾਲ ਜੀ। ਸਾਡੀ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ, ਸਬਸਕ੍ਰਾਈਬ, ਚਾਹੇ ਕੁਛ ਵੀ ਨਾ ਕਰਿਓ, ਪਰ ਇੰਨੀ ਕੋਸ਼ਿਸ਼ ਕਰਿਓ ਵੀ ਆਪਣੇ ਆਂਢ ਗੁਆਂਢ 'ਚ ਅੱਜ ਦੇ ਦਿਨ ਕੋਈ ਘਰ ਭੁੱਖਾ ਨਾ ਸੌਂ ਜੇ।